ਇਹਨਾਂ ਮੈਨੂੰ ਗੇਟੋਂ ਬਾਹਰ ਕੱਢਿਆ ਵੀ ਬਾਹਰ ਚਲੋ ਬਾਹਰ ਚਲੋ, ਮੈਂ ਆਹੀ ਨਹੀਂ ਮਿਲਣ ਦੇਣਾ ਇੱਥੇ, ਸਾਡੀ ਲਿਖਾ ਪੜ੍ਹੀ ਹੋਣੀ ਕਾਹਦੀ ਲਿਖਾ ਪੜ੍ਹੀ ਕਰਦੇ ਆ। ਇਹ ਮੇਰੇ ਮੁੰਡੇ ਨੂੰ ਟੋਰਚਰ ਕਰਦੇ ਆ, ਬੱਤੀਆਂ ਲਾਉਂਦੇ ਆ, ਮੇਰੇ ਮੁੰਡੇ ਨੂੰ ਕੁਝ ਵੀ ਹੋ ਗਿਆ ਤਾਂ SSP ਘੁੰਮਣਾ ਜ਼ਿੰਮੇਵਾਰ ਆ ਤੇ ਬਾਕੀ ਸਾਰਾ ਸਟਾਫ। ਅੱਜ ਬਟਾਲੇ ਵਿੱਚ 42 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਨੇ, ਜਿਨ੍ਹਾਂ ਵਿੱਚੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਰਿਪੋਰਟ ਵੀ ਪੋਜ਼ਿਟਿਵ ਆਈ ਹੈ। ਜੱਗੂ ਪੰਜਾਬ ਦਾ ਨਾਮੀ ਗੈਂਗਸਟਰ, ਜਿਸ ਉੱਪਰ ਢਿੱਲਵਾਂ ਸਰਪੰਚ ਦੇ ਮਰਡਰ ਦਾ ਮਾਮਲਾ ਦਰਜ ਹੈ, ਅਤੇ ਇਸੇ ਕੇਸ ਦੇ ਸਿਲਸਿਲੇ ਵਿੱਚ ਬਟਾਲਾ ਦੀ ਪੁਲਿਸ ਕੁਝ ਦਿਨ ਪਹਿਲਾਂ ਹੀ ਉਸ ਨੂੰ ਪਟਿਆਲੇ ਤੋਂ ਬਟਾਲਾ ਲੈ ਕੇ ਆਈ ਸੀ, ਜਿਸ ਤੋਂ ਬਾਅਦ ਅੱਜ ਆਈ ਰਿਪੋਰਟ ਦੇ ਵਿੱਚ ਉਸ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਪਾਈ ਗਈ ਹੈ। ਗੈਂਗਸਟਰ ਜੱਗੂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਬਟਾਲਾ ਦੇ ਕੁਝ ਪੁਲਿਸ ਅਧਿਕਾਰੀਆਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਆਰੰਟੀਨ ਜਾਂ ਫਿਰ ਉਹਨਾਂ ਦਾ ਵੀ ਕੋਰੋਨਾ ਟੈਸਟ ਕੀਤਾ ਜਾ ਸਕਦਾ ਹੈ। ਤੇ ਡਾਕਟਰ ਦੀ ਮੈਨੂੰ ਡਾਕਟਰ ਜਗਦੀਪ ਸਾਡੇ ਪਿੰਡ ਦਾ ਹੀ ਆ, ਉਹਨੇ ਮੈਨੂੰ ਫੋਨ ਕੀਤਾ ਵੀ ਮਾਤਾ ਕਿੱਥੇ, ਭਾਬੀ ਜੀ? ਮੈਂ ਕਿਹਾ ਮੈਂ ਘਰੇ ਹਾਂ। ਕਹਿੰਦਾ ਆਪਣਾ ਜੱਗੂ ਵਾਸਤੇ ਬਟਾਲੇ ਆ ਤੇ ਉਹਦੀ ਆਹ ਰਿਪੋਰਟ ਆ ਗਈ ਆ, ਇਹ ਕਹਿੰਦਾ ਸਾਨੂੰ ਤਾਂ ਨਾਂ ਲੈਣੇ ਵੀ ਆਉਂਦੇ ਅੰਤਰੀ ਕਰਾਉਂਦੇ। ਮੈਂ ਕਿਹਾ ਵੀ ਕਿੰਨੀ? ਕਹਿੰਦਾ ਕੋਈ ਨਹੀਂ ਤੁਸੀਂ ਜਾਓ ਤੈਨੂੰ ਮਿਲੋ ਦੂਰੋਂ ਦੂਰੋਂ ਮਿਲ ਲਓ। ਤੇ ਕਹਿੰਦੇ ਮੈਂ ਕਿਹਾ ਵੀ ਕਿਹੜੇ ਉਹਦੇ ਲੈ ਗਏ ਹੋਣੇ? ਆਉਂਦਾ ਨਹੀਂ, ਮੈਂ ਇੱਥੇ ਸਾਰਿਆਂ ਨੂੰ ਆਣ ਕੇ ਪੁੱਛਿਆ ਵਾ, ਕਿਹਨੇ ਨਹੀਂ ਮੰਨਿਆ, ਕੋਈ ਨਹੀਂ ਗਿਆ। ਮੈਂ ਰੋਈ ਖਫੀ ਵੀ ਆਣ ਕੇ, ਚਲੋ ਪੋਤਾ ਇਹਨਾਂ ਨੂੰ ਨਾ ਸਾਨੂੰ 2010 ਤੇ ਸਾਡੇ ਵਿਆਹ ਪਏ ਆ, ਨਜਾਇਜ਼ ਸਾਡੇ ਨਾਂ ਪਏ ਆ। ਜੇ ਕੋਈ ਅਮਲੀ ਫੜਿਆ ਜਾਂਦਾ ਉਹ ਵੀ ਜੱਗੂ, ਜੇ ਕੋਈ ਉਮਤਰਾ ਸਮੈਕੀਆ ਫੜ ਲੈਂਦੇ ਉਹ ਵੀ ਜੱਗੂ ਦਾ ਬੰਦਾ, ਜੇ ਕੋਈ ਉਮਤਰਾ ਵੇਚਣ ਵਾਲਾ ਕਲੀਮੀ ਉਹ ਵੀ ਜੱਗੂ ਦਾ ਬੰਦਾ। ਇਹਨਾਂ ਨੇ ਇੱਕ ਵਿੱਧ ਬਣਾਈ ਪੰਜਾਬ ਪੁਲਿਸ ਨੇ ਵੀ ਇਹਨੂੰ ਕਾਊਂਟਰ ਕਰਦੀ ਹੈ ਕਿਸ ਤਰ੍ਹਾਂ। ਹੁਣ ਇਹਨਾਂ ਇਹ ਬਹਾਨਾ ਲਾ ਤਾ ਵੀ ਇਹਨੂੰ ਕੁਝ ਕੁਝ ਕਰਵਾ ਦਈਏ, ਵੀ ਮੈਨੂੰ ਡਰਿਆ ਵੀ ਇਹ ਮੇਰੇ ਮੁੰਡੇ ਨੂੰ ਕੀ ਕਰਨਾ ਦਵਾ ਦੇ। ਨਾ ਨਹੀਂ ਮਿਲਣ ਦਿੱਤਾ, ਇਹਨਾਂ ਮੈਨੂੰ ਗੇਟੋਂ ਬਾਹਰ ਕੱਢਤਾ, ਇਹਨਾਂ ਮੈਨੂੰ ਗੇਟੋਂ ਬਾਹਰ ਕੱਢਿਆ ਵੀ ਬਾਹਰ ਚਲੋ ਬਾਹਰ ਚਲੋ, ਮੈਂ ਆਹੀ ਨਹੀਂ ਮਿਲਣ ਦੇਣਾ ਇੱਥੇ, ਸਾਡੀ ਲਿਖਾ ਪੜ੍ਹੀ ਹੋਣੀ ਕਾਹਦੀ ਲਿਖਾ ਪੜ੍ਹੀ ਕਰਦੇ ਆ। ਇਹ ਮੇਰੇ ਮੁੰਡੇ ਨੂੰ ਟੋਰਚਰ ਕਰਦੇ ਆ, ਬੱਤੀਆਂ ਲਾਉਂਦੇ ਆ, ਮੇਰੇ ਮੁੰਡੇ ਨੂੰ ਕੁਝ ਵੀ ਹੋ ਗਿਆ ਤਾਂ SSP ਘੁੰਮਣਾ ਜ਼ਿੰਮੇਵਾਰ ਆ ਤੇ ਬਾਕੀ ਸਾਰਾ ਸਟਾਫ। ਮੇਰੇ ਤੋਂ ਮੈਨੂੰ ਸਾਫ ਦਿੱਤਾ ਜਾ, ਮੇਰੇ ਪੁੱਤ ਨੂੰ ਜੇ ਆਈ ਹੈ ਨਾ ਕਰੋਨਾ ਦੀ, ਮੇਰੇ ਪੁੱਤ ਨੂੰ ਚੰਗੇ ਹੋਸਪਿਟਲ ਦਾਖਲ ਕਰਾਇਆ ਜਾ। ਮੈਂ ਚਲੋ ਠੀਕ ਆ, ਜੇ ਮੈਂ ਆਪਣੇ ਰਿਪੋਰਟ ਕਰਾਉਂਗੀ, ਮੈਂ ਖੁਦ ਰਿਪੋਰਟ ਕਰਵਾਉਂਗੀ ਆਪ, ਮੈਂ ਮੈਨੂੰ ਨਾਲ ਖੜੇ, ਇਹਨਾਂ ਦਾ ਫਰਜ਼ ਬਣਦਾ, ਮਾਂ ਵਾਂ ਮੈਂ। ਮੈਨੂੰ ਯਕੀਨ ਕਿਉਂ ਨਹੀਂ ਹੁੰਦਾ ਇਹਨਾਂ 'ਤੇ, ਕਿਉਂਕਿ ਇਹਨਾਂ ਨੇ ਕਿਹਾ ਸੀ ਵੀ ਜੱਗੂ ਜੇਲ੍ਹ 'ਚੋਂ ਭੱਜ ਅਤੇ ਕਾਊਂਟਰ ਕਰਨ ਦੀ ਇਹਨਾਂ ਦੀ ਨੀਤੀ ਆ ਬੜੇ ਚਿਰ ਦੀ, ਵੀ ਰਾਹ ਗਲੀ ਜਿੱਦਾਂ ਸੁੱਖੇ ਕਾਲੋਂ ਦਾ ਕਰਵਾਇਆ ਇਹਨਾਂ ਇਹਨਾਂ ਬੰਦਿਆਂ ਨਾਲ ਮਿਲ ਕੇ ਗੈਂਗਸਟਰਾਂ ਨਾਲ, ਉਦਾਂ ਮੈਨੂੰ ਡਰ ਆ ਪੰਜਾਬ ਪੁਲਿਸ 'ਤੇ ਵੀ ਮੇਰੇ ਬੱਚੇ ਦਾ ਨਾ ਕਾਊਂਟਰ ਕਰਵਾ ਦੇਣਾ। ਮੈਨੂੰ ਡਰ ਆ, ਮੈਨੂੰ 24 ਘੰਟੇ ਰਹਿੰਦਾ ਵੀਰੇ ਡਰ, ਇੱਥੇ ਰਹੂੰਗੀ, ਮਰ ਜਾਊਂਗੀ ਭੁੱਖੀ ਪਿਆਸੀ, ਪਰ ਲਿਆ ਕੇ ਮਾਂ ਪੁੱਤ ਨੂੰ ਮੈਂ ਮਿਲ ਕੇ ਜਾਊਂਗੀ। ਕਹਿੰਦੇ ਆ ਨਾ ਤੇਰੀ ਮਾਂ ਨੂੰ ਚੁੱਕ ਲਾਂਗੇ, ਤੇਰੀ ਮਾਂ 'ਤੇ ਪਰਚਾ ਕਰ ਦਾਂਗੇ, ਅੱਜ ਮੈਂ ਉਹਦੇ ਦਫ਼ਤਰ ਦੇ ਸਾਹਮਣੇ ਖੜੀ ਹਾਂ, ਕਰਨ ਮੇਰੇ 'ਤੇ ਪਰਚਾ, ਕਿਹੜੀ ਵਜ੍ਹਾ 'ਚ ਕਰਦੇ ਆ, ਕਿਹੜੇ ਕਾਨੂੰਨ 'ਚ ਕਰਦੇ, ਕਰਨ ਹਾਈ ਕੋਰਟ ਸੁਪਰੀਮ ਕੋਰਟ ਤਾਂ ਹੈਗਾ ਨਾ, ਉੱਥੇ ਜਵਾਬਦਾਰੀ ਕਿੰਨੇ ਦੇਣੀ ਆ, ਫੀਤੀਆਂ ਤਾਂ ਬੜੀ ਛੇਤੀ ਲੱਗਦੀਆਂ ਤਾਂ ਲੱਖਾਂ ਲੱਗਿਆ, 1 ਮਿੰਟ ਲੱਗਣਾ ਫੀਤੀ, ਲੱਖਾਂ ਲੱਗਿਆ 1 ਮਿੰਟ ਲਾਉਣਾ ਮੈਂ, ਇਹ ਥੋੜੀ ਗੱਲ ਹੈ ਵੀ ਕਿਸੇ ਦਾ ਬੱਚਾ ਲਿਆ ਕੇ ਤੁਹਾਨੂੰ ਪਹਿਲਾਂ ਕਾਨੂੰਨ ਕੋਈ ਆਈਂਦਾ ਵਾ ਵੀ ਜੇਲ੍ਹ 'ਚੋਂ ਲਿਆ ਕੇ ਬੰਦੇ ਨੂੰ ਟੋਰਚਰ ਕਰੋ, ਤੁਸੀਂ ਦੱਸ ਦਿਓ ਮੇਰੇ ਵੀਰ, ਮੈਨੂੰ ਮੇਰੇ ਗੇਟੋਂ ਬਾਹਰ ਕੱਢਿਆ ਗਿਆ, ਕਹਿੰਦੇ ਅਸੀਂ ਨਹੀਂ ਮਨਾਉਣ, ਸਾਨੂੰ ਇਨਸਾਫ਼ ਚਾਹੀਦਾ। ਜੱਗੂ ਭਗਵਾਨਪੁਰੀ ਆ ਜਿਹੜਾ ਕਿ ਬਟਾਲੇ ਪੁਲਿਸ ਵੱਲੋਂ ਰਿਮਾਂਡ 'ਤੇ ਲਿਆਂਦਾ ਸੀ ਢਿੱਲਵਾਂ ਕਾਂਡ ਕੇਸ 'ਚ, ਜਦੋਂ ਉਹਨੂੰ ਲਿਆਂਦਾ ਉਸ ਤੋਂ ਬਾਅਦ ਉਹਦਾ 2 ਤਰੀਕ ਨੂੰ ਅਸੀਂ ਟੈਸਟ ਕਰਾਇਆ, ਕਰੋਨਾ ਟੈਸਟ ਕਰਾਇਆ, ਕਿਉਂਕਿ ਸਾਡੀ ਡਿਊਟੀ ਬਣਦੀ ਹੈ ਇਹ ਵੀ ਜਦੋਂ ਅਸੀਂ ਮੈਡੀਕਲ ਕਰਾਉਂਦੇ ਉਹਦੇ ਵਿੱਚ ਅਸੀਂ ਇਹਦਾ ਕਰੋਨਾ ਟੈਸਟ ਵੀ ਕਰਾਇਆ ਸੀ, ਜਿਹਦੀ ਕਿ ਅੱਜ ਰਿਪੋਰਟ ਆਈ ਹੈ ਉਹ ਪੋਜ਼ਿਟਿਵ ਰਿਪੋਰਟ ਆਈ ਹੈ। ਉਸ ਰਿਪੋਰਟ ਆਉਣ ਦੇ ਨਾਲ ਅਸੀਂ ਇਹਨੂੰ ਤੁਰੰਤ ਜਿਹੜੇ ਡਾਕਟਰ ਸਾਹਿਬ ਦੀ ਜੋ ਉਹਨਾਂ ਦੀ ਸਲਾਹ ਦੇ ਨਾਲ ਉਹਨੂੰ ਆਪਾਂ ਜੋ ਕਹਿਣਗੇ ਉੱਥੇ ਭੇਜ ਦਾਂ। ਬਿਲਕੁਲ ਇਹਦੇ 'ਚ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਜਿਹੜੇ ਕਿ ਇਲਜ਼ਾਮ ਹੈ ਜਿਹੜੇ ਗਲਤ ਇਲਜ਼ਾਮ ਲਾ ਰਹੇ ਨੇ, ਕਿਉਂਕਿ
ਇੱਕ ਡਾਕਟਰ ਦੇ ਟੈਸਟ ਕਰਨ ਦੇ ਨਾਲ ਇਹ ਰਿਪੋਰਟ ਆਈ ਹੈ। ਉਸ ਤੋਂ ਬਾਅਦ ਸਾਡੇ ਵੀ ਕਈ ਮੁਲਾਜ਼ਮ ਜਿਹੜੇ ਕਿ ਉਹਦੇ ਟੱਚ 'ਚ ਰਹੇ ਨੇ, ਉਹਨਾਂ ਦੇ ਨਾਲ ਵੀ ਕਾਫੀ ਜ਼ਿਆਦਾ ਟੱਚ 'ਚ ਰਿਹਾ ਸਾਡੇ ਮੁਲਾਜ਼ਮਾਂ ਦੇ ਨਾਲ ਵੀ, ਸਾਨੂੰ ਵੀ ਉਹਦੇ ਵਿੱਚ ਸਾਡੇ ਵੀ ਇਫੈਕਟਡ ਮੁਲਾਜ਼ਮ ਜਿਹੜੇ ਕਿ ਟੱਚ 'ਚ ਰਹੇ ਨੇ ਉਹਨਾਂ ਦਾ ਵੀ ਜਿਹੜੇ ਅਸੀਂ ਟੈਸਟ ਕਰਵਾਉਣੇ ਆ, ਜਿਨ੍ਹਾਂ ਨੂੰ ਕੁਆਰੰਟਾਈਨ ਅਸੀਂ ਅੱਜ ਤੋਂ ਹੀ ਕਰ ਦੇਣਾ, ਕਿਉਂਕਿ ਸਾਡੀ ਇਹ ਸਾਡੇ ਵਾਸਤੇ ਇੱਕ ਬਹੁਤ ਇਹ ਜ਼ਰੂਰੀ ਆ, ਕਿਉਂਕਿ ਜਦੋਂ ਪੋਜ਼ਿਟਿਵ ਆ ਗਿਆ ਉਹ, ਇਸ ਕਰਕੇ ਉਹਨੂੰ ਵੀ ਅਸੀਂ ਕੁਆਰੰਟਾਈਨ ਕਰਾਂਗੇ ਮੁਲਾਜ਼ਮ। ਸਰ ਕਿੰਨੇ ਮੁਲਾਜ਼ਮ ਇਹਦੇ ਵਿੱਚ ਸੀਗੇ ਅਤੇ ਕਿੰਨੇ ਆਫੀਸਰ? ਕਰੀਬ ਇਹਦੇ 'ਚ 35-40 ਮੁਲਾਜ਼ਮ ਸਾਡੇ ਇਹਦੇ ਟੱਚ 'ਚ ਰਹੇ ਨੇ, ਕਿਉਂਕਿ ਜਿਹੜੇ ਲੈ ਕੇ ਆਏ, ਜਿਹੜੇ ਛੱਡ ਕੇ ਆਏ, ਜੇਲ੍ਹ 'ਚ ਰੱਖਿਆ, ਸਾਡੇ ਥਾਣੇ 'ਚ ਰੱਖਿਆ, ਉਹਨੂੰ ਰਿਮਾਂਡ 'ਤੇ ਲੈ ਕੇ ਜਾਂਦੇ ਰਹੇ। ਕਰੀਬ 40-45 ਬੰਦੇ ਇਹ ਜਿਹੜੇ ਸਾਡੇ ਉਹਦੇ ਟੱਚ 'ਚ ਆਏ ਨੇ, ਉਹਨਾਂ ਨੂੰ ਅਸੀਂ ਕੁਆਰੰਟਾਈਨ ਕਰਾਂਗੇ। ਜੇਲ੍ਹ 'ਚ ਸੈੱਲ 'ਚੋਂ ਹੋਰ ਅਪਰਾਧੀ ਵੀ ਹੋਣਗੇ, ਉਹਨਾਂ ਦਾ ਕੋਈ ਟੈਸਟ ਵਗੈਰਾ? ਉਹਦੇ ਬਾਰੇ ਮੈਂ ਨਹੀਂ ਦੱਸ ਸਕਦਾ, ਕਿਉਂਕਿ ਜਿੱਥੋਂ ਲੈ ਕੇ ਆਏ ਇਹਨੂੰ ਪਟਿਆਲੇ ਜੇਲ੍ਹ 'ਚੋਂ, ਉਹ ਤਾਂ ਹੁਣ ਜੇਲ੍ਹ ਸਟੂਡੈਂਟ ਪਟਿਆਲਾ ਦੱਸ ਸਕਦਾ। ਕਿਸ ਰੈਂਕ ਦੇ ਅਫਸਰਾਂ ਨੇ ਇਨਵੈਸਟੀਗੇਸ਼ਨ ਕੀਤੀ, ਪੁੱਛਗਿੱਛ ਕੀਤੀ? ਸਾਡੇ ਅਫਸਰ ਨੇ, ਸਾਡੇ DSP ਵੀ ਨੇ, SP ਨੇ, ਜਿਨ੍ਹਾਂ ਨੇ ਵਰਬਲੀ ਪੁੱਛਗਿੱਛ ਕੀਤੀ ਆ। ਵਰਬਲ ਦੇ ਵਿੱਚ ਕਿੰਨਾ ਕੁ ਅਫੈਕਟਡ ਹੁੰਦਾ ਆ, ਕਿਉਂਕਿ ਅਸੀਂ ਕਿਸੇ ਚੀਜ਼ ਦਾ ਰਿਸਕ ਨਹੀਂ ਲਵਾਂਗੇ। ਅਸੀਂ ਹਰੇਕ ਜਿਹੜੇ ਬੰਦੇ ਨਾਲ ਉਹਨਾਂ ਗੱਲ ਵੀ ਕੀਤੀ ਹੈ, ਉਹ ਵੀ ਅਸੀਂ ਉਹਨਾਂ ਨੂੰ ਵੀ ਟੈਸਟ ਵੀ ਕਰਾਵਾਂਗੇ, ਕੁਆਰੰਟਾਈਨ ਵੀ ਕਰਾਂਗੇ, ਕਿਉਂਕਿ ਕਰੋਨਾ ਜਿਹੜੀ ਗੰਦੀ ਬਿਮਾਰੀ ਦੀ ਚੇਨ ਤੋੜਨ ਵਾਸਤੇ ਅਸੀਂ ਸਾਰੇ ਉਪਰਾਲੇ ਕਰ ਰਹੇ ਨੇ, ਕਿਉਂਕਿ ਅਸੀਂ ਮੁਲਾਜ਼ਮ ਹੀ ਜਿਹੜੇ ਕਿ ਬਾਹਰ ਆਮ ਤੌਰ 'ਤੇ ਪਬਲਿਕ ਦੇ ਨਾਲ ਵਿਚਰਦੇ ਨੇ, ਸਾਡੇ ਵਾਸਤੇ ਵੀ ਇੱਕ ਬਹੁਤ ਇੰਪੋਰਟੈਂਟ ਹੈ ਵੀ ਅਸੀਂ ਉਹਨਾਂ ਦੇ ਟੈਸਟ ਕਰਾ ਕੇ ਉਹਨਾਂ ਨੂੰ ਅਸੀਂ ਇੱਕ ਸਾਨੂੰ ਕਲੀਅਰ ਹੋਊਗਾ ਸਾਡਾ, ਅਸੀਂ ਉਹਨੂੰ ਕੁਆਰੰਟਾਈਨ ਵੀ ਕਰਾਂਗੇ, ਤਾਂ ਜੋ ਜਿਹੜੀ ਸਰਕਾਰ ਦੀਆਂ ਹਦਾਇਤਾਂ, ਜੋ ਡਾਕਟਰਾਂ ਦੀ ਰਾਏ ਮੁਤਾਬਕ, ਅਸੀਂ ਉਹਨਾਂ ਨੂੰ ਪ੍ਰੋਪਰ ਅਸੀਂ ਕੁਆਰੰਟਾਈਨ ਵੀ ਕਰਾਂਗੇ। ਹੁਣ ਤਾਂ ਜਿਹੜੇ ਡਾਕਟਰ ਸਲਾਹ ਦੇਣਗੇ SMO ਸਾਹਿਬ, ਜਿੱਥੇ ਵੀ ਕਹਿਣਗੇ ਸਾਨੂੰ, ਜਿੱਥੇ ਵੀ ਉਹਦਾ ਇਲਾਜ ਚੱਲਣਾ ਆ, ਉੱਥੇ ਅਸੀਂ ਉਹਨੂੰ ਸ਼ਿਫਟ ਕਰਾਂਗੇ, ਜੋ ਸਾਨੂੰ ਡਾਕਟਰ ਦੀ ਹਦਾਇਤ ਹੋਵੇ ਦੇ ਮੁਤਾਬਕ। ਕੀ ਲੱਛਣ ਸਕਰੀਨ ਹੈ ਸਰ ਇਸ ਟਾਈਮ? ਲੱਛਣ ਬਾਰੇ ਵੀ ਡਾਕਟਰ ਦੱਸ ਸਕਦੇ ਨੇ, ਸਾਨੂੰ ਤਾਂ ਇੰਨਾ ਪਤਾ ਲੱਗਿਆ ਵੀ ਪੋਜ਼ੀਟਿਵ ਰਿਪੋਰਟ ਆਈ ਹੈ, ਜਿਹੜੀ ਕਿ ਇਹਦੀ ਬਾਰੇ ਡਾਕਟਰ SMO ਸਾਹਿਬ ਹੀ ਦੱਸਣਗੇ। ਸਰ ਕਿਸ ਕੇਸ 'ਚ ਲੈਂਦਾ ਗਿਆ ਸੀ? ਢਲਮਾ ਕਤਲਕਾਂਡ 'ਚ ਲੈਂਦਾ ਸੀ। ਕਿੰਨੇ ਦਿਨ ਦਾ ਰਿਮਾਂਡ ਮਿਲੇਗਾ ਸਰ? ਰਿਮਾਂਡ ਇਹਦਾ ਮੇਬੀ ਸ਼ਾਇਦ 5 ਕੁ ਦਿਨ ਦਾ ਰਿਮਾਂਡ ਸੀ ਲਾਸਟ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।